ਮਾਸ਼ਾਅੱਲਾ ਤੁਹਾਡੇ ਲਾਲੀਆਂ ਦਾ ਫਖਰ ਜਨਾਬੇ ਕਾਰੀ ਮੁਹੰਮਦ ਮੁਜ਼ੰਮਲ ਇਮਤਿਆਜ਼ ਅਤਾਰੀ ਕਾਦਰੀ ਸਾਹਿਬ ਨੂੰ ਸੁਣ ਕੇ ਖੂਬਸੂਰਤ ਅੰਦਾਜ਼ ਤਿਲਾਵਤ ਅਤੇ ਕੁਰਾਨ ਸੁਣ ਕੇ ਜਿਹਨੂੰ ਜਹਾਨ ਭੁੱਲ ਗਿਆ ਰਹਿਮਾਨ ਯਾਦ ਆ ਗਿਆ ਉੱਚੀ ਬੋਲੇਗਾ ਸੁਬਹਾਨ ਅੱਲਾ। ਅਦਨਾਨ ਬਾਈ ਪਹਿਲੇ ਚਾਰ ਮਿਸਰੇ ਤੁਹਾਡੀ ਨਜ਼ਰ ਅਤੇ ਅਗਲੇ ਚਾਰ ਮਿਸਰਿਆਂ ਦੇ ਨਾਲ ਹੀ ਕਾਰੀ ਕੁਰਾਨ ਨੂੰ ਦਾਵਤ ਤਵੱਜੋ ਕਰਨਾ। ਜਲਦੀ ਜਲਦੀ ਜਿਹਨੇ ਜਾਣਾ ਜਲਦੀ ਜਲਦੀ ਟੁਰ ਜਾਏ, ਜਲਦੀ ਜਲਦੀ ਛਾਂਟੀ ਹੋ ਜਾਏ। ਜਿਹੜੇ ਖਲੋਤੇ ਨੇ ਅਗਰ ਜਗ੍ਹਾ ਮਿਲ ਜਾਏ ਤਾਂ ਹੌਲੀ ਹੌਲੀ ਇੱਕ ਇੱਕ ਕਰਕੇ ਬਹਿ ਜਾਣਾ ਮਿਹਰਬਾਨੀ। ਇੱਕ ਵਾਰੀ ਸਾਰੇ ਹੱਥ ਉਠਾ ਕੇ ਬੋਲੋਗੇ ਸੁਬਹਾਨ ਅੱਲਾ। ਆਇਆਂ ਵਾ ਲਾਲੀਆਂ ਆਪਣੇ ਕਤਲ ਦਾ ਸਾਮਾਨ ਵੇਖ ਕੇ, ਆਇਆਂ ਵਾ ਲਾਲੀਆਂ ਆਪਣੇ ਕਤਲ ਦਾ ਸਾਮਾਨ ਵੇਖ ਕੇ, ਆਇਆਂ ਵਾ ਲਾਲੀਆਂ ਆਪਣੇ ਕਤਲ ਦਾ ਸਾਮਾਨ ਵੇਖ ਕੇ, ਅੱਖਾਂ ਦੇ ਵਿੱਚ ਰਹਿਮਾਨ ਤੇ ਚਿਹਰੇ ਤੇ ਸਾਦਗੀ, ਮਰ ਜਾਣਾ ਵਾਂ ਇਸ ਸ਼ਕਲ ਦਾ ਇਨਸਾਨ ਵੇਖ ਕੇ। ਅੱਖਾਂ ਦੇ ਵਿੱਚ ਰਹਿਮਾਨ ਤੇ ਚਿਹਰੇ ਤੇ ਸਾਦਗੀ, ਮਰ ਜਾਣਾ ਵਾਂ ਇਸ ਸ਼ਕਲ ਦਾ ਇਨਸਾਨ ਵੇਖ ਕੇ, ਔਰ ਦਿਲ ਦੇ ਵਿੱਚ ਛੁਪਾਈਏ ਮੈਂ ਤਸਵੀਰ ਯਾਰ ਦੀ, ਬਲਕਿ ਇੰਜ ਕਹਿ ਦਿਓ ਦਿਲ ਦੇ ਵਿੱਚ ਛੁਪਾਈਏ ਤਸਵੀਰ ਪੀਰ ਸਿਆਲ ਦੀ। ਹੁਣ ਅਗਲੇ ਮਿਸਰੇ ਤੇ ਤੁਸੀਂ ਹੱਥ ਚੁੱਕ ਕੇ ਨਾ ਬੋਲੋ ਤੇ ਦੁੱਖ ਹੋਏਗਾ। ਦਿਲ ਦੇ ਵਿੱਚ ਛੁਪਾਈਏ ਤਸਵੀਰ ਪੀਰ ਸਿਆਲ ਦੀ, ਆਦਤ ਨਹੀਂ ਮੈਨੂੰ ਪੜ੍ਹਨ ਦੀ ਕੁਰਾਨ ਵੇਖ ਕੇ, ਆਦਤ ਨਹੀਂ ਮੈਨੂੰ ਪੜ੍ਹਨ ਦੀ ਕੁਰਾਨ ਵੇਖ ਕੇ। ਔਰ ਅਗਲਾ ਜੁਮਲਾ ਚਾਰ ਸੁਣੀਏ ਔਰ ਮੈਂ ਆਪਣੇ ਆਹਵਾਨ ਮੈਂ ਨੰਨੇ ਕਾਰੀ ਕੇ ਬਾਅਦ ਨੰਨੇ ਸਨਾ ਖਾਨ ਕੋ ਦਾਵਤ ਦੇ ਰਹਾ ਹੂੰ, ਤਵੱਜੋ ਕਰਨਾ। ਮੈਨੇ ਕਹਾ ਕਿ ਉਹ ਹੱਕ ਤਾਂ ਜ਼ਰ ਤੇ ਫਿਦਾ ਨਹੀਂ ਹੋਇਆ। ਯਕਮ ਮੁਹਰਮ ਹੋ ਗਿਆ ਨਾ, ਹੁਣ ਬੰਦੇ ਨਾ ਬੋਲੇ ਤੇ ਮੈਂ ਉਹ ਪਹਿਲੇ ਵਾਲਾ ਜੁਮਲਾ ਇੱਕ ਦਫ਼ਾ ਫਿਰ ਆਖਾਂਗਾ। ਐਨ ਹੇ ਤੇ ਗੈਨ ਕਹਿਣੀ, ਦੁੱਖ ਢੇਰਨ ਤੇ ਚੈਨ ਕਹਿਣੀ, ਉਸ ਬੰਦੇ ਨੂੰ ਮੈਂ ਪੱਥਰ ਸਮਝਣਾ ਜਿਹਦੇ ਦਿਲ ਵਿੱਚ ਵਸਦਾ ਹੁਸੈਨ ਕਹਿਣੀ। ਅਦਨਾਨ ਬਾਈ ਨਵੇਂ ਮਿਸਰੇ ਨੇ ਪਾਣੀ ਬੇਸ਼ੱਕ ਪੀ ਲਓ, ਜਿੰਨਾ ਮਰਜ਼ੀ ਪੀ ਲਓ, ਪਰ ਅਗਲੇ ਮਿਸਰੇ ਤੇ ਸੁਬਾਨ ਅੱਲਾ ਨਹੀਂ ਪੀਣੀ। ਜੁਮਲਾ ਐਡਾ ਵੱਡਾ ਜੇ ਮੈਂ ਆਖਿਆ ਕਿ ਉਹ ਹੱਕ ਤਾਂ ਜ਼ਰ ਤੇ ਫਿਦਾ ਨਹੀਂ ਹੋਇਆ, ਜਿਸ ਦਾ ਸਜਦਾ ਕਜ਼ਾ ਨਹੀਂ ਹੋਇਆ। ਉਹ ਹੱਕ ਤਾਂ ਜ਼ਰ ਤੇ ਫਿਦਾ ਨਹੀਂ ਹੋਇਆ, ਜਿਸ ਦਾ ਸਜਦਾ ਕਜ਼ਾ ਨਹੀਂ ਹੋਇਆ। ਹੁਸੈਨ ਮਜ਼ਹਰ ਉਹ ਸ਼ਾਨ ਰੱਖਦਾ ਹੈ ਕੁਰਾਨ ਜਿਸ ਤੋਂ ਜੁਦਾ ਨਹੀਂ ਹੋਇਆ। ਹੁਸੈਨ ਮਜ਼ਹਰ ਉਹ ਸ਼ਾਨ ਰੱਖਦਾ ਹੈ ਕੁਰਾਨ ਜਿਸ ਤੋਂ ਜੁਦਾ ਨਹੀਂ ਹੋਇਆ। ਵਕਤ ਥੋੜ੍ਹਾ, ਮੈਂ ਪਹਿਲੇ ਆਖਿਆ ਸੀ ਅੱਜ ਇੱਕ ਇੱਕ ਦੋ ਦੋ ਮਿੰਟ ਜੀ ਮੈਂ ਤੁਹਾਨੂੰ ਤੁਹਾਡੇ ਕੋਲ ਦੁਆ ਲੈਣੀ ਹੈ। ਮੈਂ ਫੌਰਨ ਹੀ ਇਲਤਮਾਸ ਗੁਜ਼ਾਰ ਆਪਣੇ ਵਾਹਨ 'ਚ ਕਮਾਲ ਸਨਾ ਖਾਨ ਮੁਸਤਫਾ ਜੰਗ ਦੀ ਸਰਜ਼ਮੀਨ ਤੋਂ ਤਸ਼ਰੀਫ ਲਿਆਏ ਹੋਏ, ਜਿਨ੍ਹਾਂ ਨੇ ਹੁਣੇ ਹੀ ਦੋ ਚਾਰ ਮਿੰਟਾਂ ਦੇ ਵਿੱਚ ਤੁਹਾਨੂੰ ਤੜਪਾ ਵੀ ਦੇਣਾ ਹੈ, ਗਰਮਾ ਵੀ ਦੇਣਾ ਅਤੇ ਮਦੀਨੇ ਦੀ ਗਲੀਆਂ ਵਿੱਚ ਪਹੁੰਚਾ ਵੀ ਦੇਣਾ। ਇਹ ਐਸੇ ਸਨਾ ਖਾਨ ਮੁਸਤਫਾ ਨੇ ਉੱਥੇ ਪੜ੍ਹਦੇ ਨੇ ਜਿੱਥੇ ਸੁਬਾਨ ਅੱਲਾ ਦੀ ਦਾਦ ਮਿਲੇ, ਯਾਨੀ ਨੋਟ ਨਹੀਂ ਲੈਂਦੇ ਪਰ ਸੁਬਾਨ ਅੱਲਾ ਦਾ ਵੋਟ ਜ਼ਰੂਰ ਲੈਂਦੇ ਨੇ। ਅਤੇ ਜੇ ਤੁਸੀਂ ਹੱਥ ਉਠਾ ਕੇ ਸੁਬਾਨ ਅੱਲਾ ਕਹਿੰਦੇ ਰਹੇ ਤਾਂ ਅੱਛੇ ਤੋਂ ਅੱਛੇ ਅੰਦਾਜ਼ ਵਿੱਚ ਆਪਣੀ ਨੌਕਰੀ ਪੇਸ਼ ਕਰ ਜਾਣਗੇ। ਮੇਰੀ ਮੁਰਾਦ ਪੀਰ ਸਿਆਲ ਦੇ ਮਨਜ਼ੂਰੇ ਨਜ਼ਰ ਆਪ ਦੀ ਨਿਗਾਹ ਦੇ ਨਾਲ ਪੂਰੀ ਦੁਨੀਆ ਵਿੱਚ ਉਸ਼ਾਕ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਕਮ ਉਮਰ 'ਚ ਨਾਥਖਾਨੀ ਦੀ ਦੁਨੀਆ 'ਚ ਬਹੁਤ ਬੜਾ ਨਾਮ ਜਨਾਬੇ ਭਾਈ ਮੁਹੰਮਦ ਤੈਯਬ ਤਾਹਿਰ ਹਮੀਦੀ ਸਿਆਲਵੀ ਸਾਹਿਬ ਤਸ਼ਰੀਫ ਲਿਆਣਗੇ ਬਾਰਗਾਹੇ ਸਰਵਰੇ ਕੌਨੈਨ 'ਚ ਆਪਣੇ ਖੂਬਸੂਰਤ ਔਰ ਮੁਨਫਰਿਦ ਅੰਦਾਜ਼ 'ਚ ਆਪਣੀ ਨੌਕਰੀ ਪੇਸ਼ ਫਰਮਾਣਗੇ। ਆਪ ਤੋਂ ਫੌਰਨ ਬਾਅਦ ਇਨਸ਼ਾਅੱਲਾ ਸਾਹਿਵਾਲ ਹੜੱਪਾ ਤੋਂ ਤਸ਼ਰੀਫ ਲਿਆਏ ਹੋਏ ਮਹਿਮਾਨ ਸੁਰੀਲੇ ਔਰ ਕਮਾਲ ਨਾਥ ਖਾਨ ਜਨਾਬੇ ਹਾਜੀ ਮੁਹੰਮਦ ਰਮਜ਼ਾਨ ਨਾਸਿਰ ਸਾਹਿਬ ਆਪਣੀ ਹਾਜ਼ਰੀ ਪੇਸ਼ ਕਰਨਗੇ। ਫਿਰ ਇਨਸ਼ਾਅੱਲਾ ਹਜ਼ਰਤ ਅਲਾਮਾ ਮੌਲਾਨਾ ਮੁਫਤੀ ਮੁਹੰਮਦ ਸਮਰ ਅੱਬਾਸ ਅਤਾਰੀ ਕਾਦਰੀ ਸਾਹਿਬ ਆਪ ਦਾ ਖੂਬਸੂਰਤ ਔਰ ਲਾਜਵਾਬ ਖਿਤਾਬ, ਔਰ ਉਸ ਤੋਂ ਫੌਰਨ ਬਾਅਦ ਕਰਬਲਾ ਦੇ ਕਾਰੀ ਦਾ ਆਖਰੀ ਸਜਦਾ, ਔਰ ਉਹਦੇ ਨਾਲ ਹੀ ਅਲਹਾਜ ਕਾਰੀ ਸ਼ਾਹਿਦ ਮਹਿਮੂਦ ਕਾਦਰੀ ਸਾਹਿਬ ਯਾ ਰਸੂਲ ਅੱਲਾ ਲਜਪਾਲ 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 ਇਹ ਇਹ ਬੰਦਾ ਕਮਾਲ ਹੈ, ਕਦੀ ਇੱਥੇ ਤੇ ਕਦੀ ਉੱਥੇ ਤੇ ਹੁਣ ਉੱਥੇ। ਯਾਨੀ ਉਹ ਕਹਿੰਦੇ ਨੇ ਬਈ ਕਾਮਰਨ ਬਾਈ ਨੂੰ ਪਤਾ ਨਾ ਚੱਲੇ ਵੀ ਨਾਰਾ ਲਾਉਂਦਾ ਕੌਣ ਪਿਆ, ਪਤਾ ਲੱਗੇ ਵੀ ਹਰ ਨੁੱਕਰੋਂ ਤੋਂ ਆਵਾਜ਼ ਆਉਂਦੀ ਪਈ ਹੈ। ਇਹ ਨਹੀਂ ਪਤਾ ਵੀ ਬੰਦਾ ਇੱਕੋ ਹੀ ਹੈ, ਬਾਕੀ ਸਾਰੇ ਚੁੱਪ ਦਾ ਰੋਜ਼ਾ ਰੱਖੀ ਬੈਠੇ ਨੇ। ਇੱਕ ਵਾਰੀ ਸਾਰੇ ਬੋਲੋ ਨਾਰਾ ਤਕਬੀਰ ਲਜਪਾਲ ਲਜਪਾਲ ਪੀਰ ਸਿਆਲ ਤੇ ਹੈ ਹੀ ਲਜਪਾਲ, ਪਰ ਮੇਰੇ ਨਜ਼ਦੀਕ ਉਹ ਬੰਦਾ ਕੰਗਾਲ ਹੈ ਜਿਹੜਾ ਹੱਥ ਉਠਾ ਕੇ ਨਾ ਬੋਲੇ ਲਜਪਾਲ ਲਜਪਾਲ ਪੀਰ ਸਿਆਲ ਪੀਰ ਸਿਆਲ
ਪੀਰ ਸਿਆਲ ਦੇ, ਪੀਰ ਸਿਆਲ ਦਾ ਇੱਕ ਮੁਰੀਦ ਸੀ ਨਾਥ ਖਾਨ, ਅਤੇ ਨਾਥ ਪੜ੍ਹਦੇ ਹੋਏ ਪੈਸੇ ਮੰਗਦਾ ਸੀ ਪੈਸੇ। ਇੱਕ ਦਿਨ ਮੁਰੀਦ ਇਕੱਠੇ ਹੋ ਕੇ ਪੀਰਾਂ ਕੋਲ ਤੁਰ ਗਏ, ਪੀਰ ਜੀ ਇਹ ਤੁਹਾਡਾ ਮੁਰੀਦ ਪੈਸੇ ਮੰਗਦਾ, ਇਹਨੂੰ ਰੋਕੋ। ਪੀਰ ਸਾਹਿਬ ਨੇ ਬੁਲਾਇਆ, ਅੱਜ ਤੋਂ ਬਾਅਦ ਤੂੰ ਨਾਥ ਨਹੀਂ ਪੜ੍ਹਨੀ, ਬਿਲਕੁਲ ਤੇਰੇ 'ਤੇ ਪਾਬੰਦੀ। ਕਹਿੰਦਾ ਪੀਰ ਜੀ ਨਾਥ ਪੜ੍ਹਨ ਤੋਂ ਨਾ ਰੋਕੋ, ਮੈਨੂੰ ਤੁਸੀਂ ਇਸ ਤੋਂ ਰੋਕੋ ਕਿ ਮੈਂ ਪੈਸੇ ਨਾ ਮੰਗਾਂ। ਲਓ ਜੀ ਰੋਕ ਦਿੱਤਾ, ਅੱਜ ਤੋਂ ਬਾਅਦ ਪੈਸੇ ਨਹੀਂ ਮੰਗਣੇ। ਅਗਲੇ ਦਿਨ ਉਹਦੀ ਇੱਕ ਘੰਟਾ ਹਾਜ਼ਰੀ ਸੀ, ਪੀਰਾਂ ਨਾਲ ਵਾਅਦਾ ਕਰ ਚੁੱਕਿਆ ਕਿ ਨਹੀਂ ਮੰਗਣੇ। ਜਦੋਂ ਮਾਈਕ 'ਤੇ ਆਇਆ ਤਾਂ ਜ਼ਿਹਨ 'ਚ ਖਿਆਲ ਆਇਆ ਕਿ ਮੈਂ ਅਗਰ ਅੱਖ ਖੋਲ ਕੇ ਪੜ੍ਹਿਆ ਤਾਂ ਕਿਧਰੇ ਪੈਸੇ ਮੰਗਣ ਹੀ ਨਾ ਲੱਗ ਪਾਂ, ਅੱਖ ਬੰਦ ਕਰਕੇ ਪੜ੍ਹਨਾ, ਪੀਰ ਨਾਰਾਜ਼ ਨਾ ਹੋ ਜਾਏ। ਅੱਖ ਬੰਦ ਕਰਕੇ ਇੱਕ ਘੰਟਾ ਨਾਥ ਪੜ੍ਹੀ, ਅੱਖ ਖੋਲੀ ਅਤੇ ਇੱਕ ਰੁਪਈਆ ਵੀ ਨਜ਼ਰ ਨਾ ਆਇਆ। ਮਾਈਕ ਰੱਖਦੇ ਰੱਖਦੇ ਆਖ ਤਾਂ ਨਹੀਂ ਸਕਦਾ ਸੀ ਪੈਸੇ ਦਿਓ, ਪੀਰਾਂ ਨਾਲ ਜੋ ਵਾਅਦਾ ਕੀਤਾ ਸੀ ਮੰਗਣੇ ਨਹੀਂ। ਪਤਾ ਕੀ ਕਹਿੰਦਾ, ਮੈਨੂੰ ਤਾਂ ਪੀਰਾਂ ਰੋਕਿਆ ਸੀ, ਤੁਹਾਨੂੰ ਕਹਿ ਰੋਕਿਆ ਸੀ? ਜਿਹੜੇ ਸਟੇਜ 'ਤੇ ਬੈਠੇ ਨੇ ਇਹਨਾਂ ਨੂੰ ਤਾਂ ਸ਼ਾਇਦ ਇੰਤਜ਼ਾਮੀਆ ਰੋਕਿਆ, ਨਹੀਂ ਬੋਲਣਾ ਤੁਸੀਂ ਤਾਂ ਹੱਥ ਉਠਾ ਕੇ ਬੋਲੋ ਲਾਜਪਾਲ ਲਾਜਪਾਲ, ਪੀਰ ਸਿਆਲ ਪੀਰ ਸਿਆਲ, ਮੁਹੰਮਦ ਤੈਯਬ ਤਾਹਿਰ ਹਮੀਦੀ ਸਿਆਲਵੀ ਸਾਹਿਬ। ਰਫਾਨ ਅਲਕ ਜ਼ਿਕਰ ਸਦਕਲ ਅਜ਼ੀਮ ਮੁਜ਼ਜ਼ ਸਾਮੀਨ, ਅਸਲਾਮ ਅਲੈਕੁਮ। ਇੰਤਹਾਈ ਖੁਸ਼ਬਖਤੀ ਖੁਸ਼ਨਸੀਬੀ ਤੁਹਾਡੇ ਔਰ ਮੇਰੀ ਸਾਰਿਆਂ ਦੀ ਕਿ ਉਸ ਮਹਿਬੂਬ ਦੀ ਮਹਿਫਲ ਵਿੱਚ ਆਉਂਦੇ ਰਹਾਂ, ਜਿਸ ਦੀਆਂ ਮਹਿਫਲਾਂ ਅੱਲਾਹ ਖੁਦ ਅਰਸ਼ਾਂ 'ਤੇ ਸਜਾਉਂਦਾ ਹੈ। ਔਰ ਮੈਂ ਦਿਲ ਦੀਆਂ ਥਾਂ ਗਰਹੀ ਨਾਲ ਮੁਬਾਰਕਬਾਦ ਪੇਸ਼ ਕਰਨਾ ਅੱਜ ਦੀ ਇਸ ਇੰਤਜ਼ਾਮੀਆਂ ਨੂੰ, ਜਿਨ੍ਹਾਂ ਨੇ ਇਸ ਪੁਰਵਕਾਰ ਮਹਿਫਲ ਪਾਕ 'ਤੇ ਇਨਕਾਦ ਕੀਤਾ। ਅੰਜਮਨ ਗਦਾਏ ਦਰੇ ਰਸੂਲ ਲਾਰੀਆਂ ਮਹਿਫਲ ਇਨਕਾਦ ਪਜ਼ੀਰ ਹੈ। ਦੁਆ ਕਰਨਾ ਅੱਲਾ ਰੱਬੁਲ ਇੱਜ਼ਤ ਇਸ ਕਾਵਿਸ਼ ਨੂੰ ਆਪਣੀ ਬਾਰਗਾਹ 'ਚ ਕਬੂਲ ਮਨਜ਼ੂਰ ਫਰਮਾਏ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਸੈਯਦ ਆਵਣ ਅੱਖੀ ਠਰਨ, ਮਾਸ਼ਾਅੱਲਾ ਆਲੇ ਨਬੀ ਔਲਾਦ ਅਲੀ ਸ਼ਹਿਜ਼ਾਦ ਗੌਸੁਲ ਵਰਾ, ਇੰਤਹਾਈ ਮੁਹੱਬਤ ਕੇ ਅਜ਼ੀਮ ਸਫ਼ੀਰ, ਰੂਹਾਨੀ ਪੇਸ਼ਵਾ, ਕੁਸ਼ਤਾ ਇਸ਼ਕ ਮੁਸਤਫ਼ਾ, ਇੰਤਹਾਈ ਮੁਸ਼ਫਿਕ ਮਹਿਰਬਾਂ, ਮੋਹਤਰਮ ਮਕਾਮ ਇੱਜ਼ਤ ਮਾਬ ਫਖਰੂ ਸਾਦਾਤ ਸਾਹਿਬਜ਼ਾਦਾ ਹਜ਼ੂਰ ਪੀਰ ਸੈਯਦ ਮਜ਼ਹਰ ਅਲੀ ਸ਼ਾਹ ਸਾਹਿਬ ਬੁਖਾਰੀ, ਹਮਾਰੇ ਮਹਿਮਾਨ ਖਾਸ ਅੱਜ ਕੀ ਇਸ ਬਾਬਰਕਤ ਮਹਿਫਲ ਮੇਂ ਤਸ਼ਰੀਫ਼ ਲਾਏ। ਖੁਸ਼ ਆਮਦੀਦ, ਅਹਲਮ ਵਸਹਲਨ ਮਰਹਬਾ। ਰੇਤ ਦੀਆਂ ਕੱਦਾਂ 'ਤੇ ਛੱਤ ਨਾ ਰੱਖੀਂ, ਕਦੀ ਦੋ ਬੇੜੀਆਂ 'ਤੇ ਲੱਤ ਨਾ ਰੱਖੀਂ, ਬਗੈਰ ਸਾਦਾਤ ਦੀ ਨਿਸਬਤ ਦੇ ਯਾਦ ਰੱਖ, ਕਦੀ ਨੰਗੀ ਤਾਰ 'ਤੇ ਹੱਥ ਨਾ ਰੱਖੀਂ। ਜਿਤਨੇ ਜ਼ੌਕ 'ਚ ਬੈਠੇ ਹੋ ਜ਼ਰਾ ਮੁਹੱਬਤ ਨਾਲ ਬੋਲੋ ਸੁਭਾਨ ਅੱਲਾਹ। ਔਰ ਅੱਜ ਹੀ ਮੁਹੰਮਦ ਨਜ਼ੀਰ ਤਾਰਿਕ ਸਾਹਿਬ ਆਪ ਦੇ ਹੁਕਮ 'ਤੇ ਹਾਜ਼ਰੀ, ਦੁਆ ਕਰਨਾ ਅੱਲਾਹ ਰੱਬੁਲ ਇੱਜ਼ਤ ਮੇਰਾ ਪੜ੍ਹਨਾ ਔਰ ਆਪ ਵਾਪ ਦਾ ਸੁਣਨਾ ਆਪਣੀ ਬਾਰਗਾਹ 'ਚ ਕਬੂਲ ਮਨਜ਼ੂਰ ਫਰਮਾਏ। ਪੂਰੀ ਤਵੱਜੋ ਕੇ ਸਾਥ, ਕਿਸੀ ਕੋ ਖਵਾਬ ਕਿਸੀ ਕੋ ਖਿਆਲ ਦੇਤਾ ਹੈ, ਜੁਮਲੇ 'ਤੇ ਪੂਰੀ ਤਵੱਜੋ, ਕਿਸੀ ਕੋ ਖਵਾਬ ਕਿਸੀ ਕੋ ਖਿਆਲ ਦੇਤਾ ਹੈ, ਕਿਸੀ ਕੋ ਹੁਸਨ ਕਿਸੀ ਕੋ ਜਮਾਲ ਦੇਤਾ ਹੈ, ਫਲਕ ਸੇ ਉਤਾਰਤਾ ਹੈ ਮਨੋ ਸਲਵਾ, ਕਿਸੀ ਕੋ ਰਿਜ਼ਕ ਹਲਾਲ ਦੇਤਾ ਹੈ, ਮੈਂ ਉਸੇ ਕਤਰਾ ਸ਼ਬਨਮ ਕੀ ਭੀਖ ਮੰਗਤਾ ਹੂੰ, ਵੋ ਮੇਰੀ ਜਾਨਬ ਸਮੁੰਦਰ ਉਛਾਲ ਦੇਤਾ ਹੈ। ਬੜੀ ਮਿਹਰਬਾਨੀ, ਇਸੇ ਮੁਹੱਬਤ ਰੁਕੀਦਤ ਦੇ ਨਾਲ ਦੁਰੂਦ ਪਾਕ ਤੋਂ ਨਜ਼ਰਾਨਾ ਪੇਸ਼ ਕਰੋ। ਮੈਂ ਆਪਣੀ ਹਾਜ਼ਰੀ ਦਾ ਆਗਾਜ਼ ਕਰਨਾ ਬਾਬਾ ਦੇ ਬੁਲੰਦ ਕੋ ਜ਼ਬਾਨ ਖਮੋਸ਼ ਨਾ ਰਹੇ। ਇੱਕ ਮਰਤਬਾ ਔਰ ਬਾਬਾ ਦੇ ਬੁਲੰਦ, ਸੱਲਲ੍ਲਾਹੁ ਅਲੈਕਾ ਯਾ ਰਸੂਲੱਲਾ ਵਸੱਲਮ ਅਲੈਕਾ ਯਾ ਹਬੀਬੱਲਾ ਸੱਲਲ੍ਲਾਹੁ ਅਲੈਕਾ ਯਾ ਰਸੂਲ ਵਸੱਲਮ ਅਲੈਕਾ ਯਾ ਹਬੀਬੱਲਾ
سبحان اللہ واہ 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 سبحان اللہ پنجابی کلام تو اپنی حضرت آغاز کریں تو فرض سجدہ بلند کر کے اونچی آواز پڑھو سبحان اللہ رب دمائیے سر جگ تو سونا کل کائنات دے وچ واہ نا اس جیا ہونا بے شک کل کائنات دے وچ نا اس جیا ہونا رب دمائیے سر جگ تو سونا اس ماہی دشان نرالی اگر بول سو تو میں نال نال چلسا اگر نہ بول سو تو حاضری تا پیش کرنی کرنی ہے مل کے بولو سبحان اللہ اس ماہی دشان نرالی حق رب دمائیے سر جگ تو سونا کل کائنات دے وچ ہونا اس جیا ہونا بے شک بے شک رب دمائیے سر جگ تو سونا کل کائنات دے وچ ہونا اس جیا ہونا کل کائنات دے وچ ہونا اس جیا ہونا حضرت اسماعیل دی رب دمائیے سر جگ تو سونا حضرت اسماعیل دی جگہ آ گیا دمبا عدنان بھائی حضرت اسماعیل دی جگہ آ گیا دمبا واہ تیری شان اللہ حضرت اسماعیل دی جگہ آ گیا دمبا واہ تیری شان اللہ جے کھاتا قربانی والا گوشت او تاکھے سبحان اللہ بسم اللہ پھر پڑھیے ماسٹر ایکو ساؤنڈ سسٹم بہت اچھا آپریٹ کر رہا ہے اللہ پاک تم سلامت رکھے شیر دوبارہ پیش کر رہے ہیں اللہ یار اللہ داد کلیار صاحب سے گزارش ہے پنجاب پولیس چنیوٹ سے برائے کرم سٹیج پر تشریف لے آئیں ہمارے مہمان خاص اللہ یار اللہ داد کلیار صاحب چنیوٹ سے پنجاب پولیس سے تعلق آپ برائے کرم سٹیج پر تشریف لائیں یہ شعر دوبارہ پڑھیے گا بسم اللہ اگر اجازت ہوئے تو پیش کرا بڑی مہربانی رب دمائیے سر جگ تو سونا شیر پیش کر رہے ہیں اسماعیل دشان نرالی
اس کلام دا آخری شعر لگتا جن جن لگتا ہے کہ مائی واقعی ظفر اخیر ہے بولے سبحان اللہ رسول اللہ یا علی ایک بہت خوبصورت اور پنجابی کلام تھوڑی سماعت ہونے والے ماحول بن گیا ہے بولو سبحان اللہ پچھلے 9 سال بھی محفل ہوئی ہے پر اج محفل ویکھ کے زبان چو بے ساختہ گل نکل رہی ہے تبدیلی آ گئی ہے کیا بات ہے سبحان اللہ کیا ذوق ہے سبحان اللہ بسم اللہ خالی نموڑی جڑا جڑا منگنا ہے بیٹا خالی نموڑی جگ چھڑ کے سارا تیرے در تے تیرے منگتیاں کیا بات رتبہ کمال ہے تیرے منگتیاں رتبہ کمال کوئی شایاں تو ودے کے تیریاں گدایاں شایاں تو ودے کے تیریاں شایاں تو ودے تو
जग छड़ के सारा तेरे दर ते तेरे दर ते जग छड़ के सारा तेरे दर ते सुभान अल्लाह सुभान अल्लाह के रब दा तू जानी दुखियां बीमारां दे दिल दा तबीब दुखियां बीमारां दे दिल दा तबीब के दीदार तेरा या रसूल अल्लाह दीदार दीदार तेरा वो सड़िया दवाया जग छड़ के सारा हो तेरे दर ते आया जग छड़ के सारा हो तेरे दर ते जे तू ना मनी वे ओ रब नहीं मनीदा बेशक हुण माफ कर जा या रसूल अल्लाह हुण माफ कर जा बड़ी दूर वइयां हुण माफ कर छड़के सारा तेरे नाल हो तेरे दर ते आया भाई क्या छड़के सारा बात है सुभान अल्लाह लजपाल लजपाल यार एक बार हूं एंड ते भी जाना सुभान अल्लाह बिस्मिल्लाह जी बोलो सुभान अल्लाह दो शेर के सीधा पाक वाला का नाता आपकी बारगाह पेश कर रहे हैं पूरी तवज्जो ज़माने ते कोई पीर पीर विखा मैनू कोई है कोई है कोई है तो फिर हाथ उठा के बोलो सुभान अल्लाह अली वर्गा ज़माने ते कोई पीर विखा मैनू भाई क्या बात है अली वर्गा ज़माने पीर विखा मैनू अली बाज मुहम्मद दा अली बाज मुहम्मद दा वो कोई वीर विखा मैनू अली वर्गा जमाने ते हाथ उठा के बोलो हाथ उठा के पीर विखा मैनू अली वर्गा जमाने ते कोई पीर विखा मैनू अली वर्गा जमाने ते कोई पीर विखा मैनू अली बाज मुहम्मद दा वो कोई वीर विखा मैनू अली वर्गा जमाने ते कोई पीर विखा मैनू ग
ਗਜ਼ਮਾਨੇ ਤੇ ਮੈਂ ਪੀਰ ਵਿਖਾ ਮੈਨੂੰ نعرہ تکبیر، نعرہ رسالت، نعرہ رسالت، نعرہ حیدری۔ عالم اسلام کے معروف اور سریلے اور کمال اور سینئر ثنا خان مصطفیٰ ہڑپا ساہیوال کی سرزمین سے جناب الحاج محمد رمضان ناصر صاحب، آپ اس بابرکت محفل میں اسٹیج کی زینت بنے، خوش آمدید۔ اور بھائی طیب طاہر صاحب کے فوراً بعد آپ بارگاہ سرور کونین میں مدحا سرا ہوں گے۔ بس تھوڑے بولن دی دیرے لاجپال لاجپال، پیر سے آل پیر سے آل۔ جی طیب صاحب، اگر اجازت ہوئے تو دو شعر خواجہ غلام فرید کو اٹھ مٹھا ملی سکتا ہوں، آپ کی بارگاہ چ پیش کر رہے ہیں۔ اتنے سبحان اللہ کافی نہیں سنانی، ذرا اونچی بولو سبحان اللہ۔ واہ واہ سبحان اللہ، سبحان اللہ۔ جیو بلب واہ تن تن
ਤੰਦੂਰ ਤੇ ਹੱਡੀਆਂ ਬਾਲਣ ਜਿਨਜੀਰ ਸਾਹਿਬ ਤੇ ਤੁਲੂਣ ਸਬਰ ਦਾ ਪਾਇਆ ਕਿਆ ਬਾਤ ਹੈ ਸੁਭਾਨ ਅੱਲਾਹ ਮੇਰੀ ਹਾਜ਼ਰੀ ਦੇ ਰਹਿ ਗਏ ਨੇ ਚਾਰ ਸ਼ੇਰ ਬੋਲੋ ਸੁਭਾਨ ਅੱਲਾਹ ਦੋ ਸ਼ੇਰ ਇੱਕ ਹੁਕਮਨਾਮਾ ਹੈ ਉਹਦੇ ਪੇਸ਼ ਕਰਕੇ ਔਰ ਦੋ ਸ਼ੇਰ ਮਨਕਬਤ ਪੇਸ਼ ਕਰਕੇ ਇਨਸ਼ਾਅੱਲਾ ਇਜਾਜ਼ਤ ਇੱਕ ਦਫ਼ਾ ਜ਼ਰਾ ਸੱਜਤ ਬੁਲੰਦ ਕਰਕੇ ਉੱਚੀ ਅੱਖ ਚੜ੍ਹ ਸੁਭਾਨ ਅੱਲਾਹ ਬੜੀ ਮਿਹਰਬਾਨੀ ਅੰਮਾ ਅਲੀਮਾ ਸਾਦੀਆ ਹਜ਼ੂਰ ਨੂੰ ਆਪਣੇ ਗੋਦੇ 'ਚ ਲੈ ਕੇ ਬੈਠੀਆਂ ਅਤੇ ਚਾਹੁੰਦੀ ਨਾ ਚੰਨ ਚਮਕੇ ਆਪ ਆਪ ਚੌਧਰੀ ਨੇ ਚੰਨ ਮੁਖਾਤਬ ਹੋ ਕੇ ਆਖਦੀਆਂ ਨੇ ਕਿ ਤੂੰ ਚੰਨ ਸੋਹਣਾ ਕਿ ਮੇਰਾ ਚੰਨ ਸੋਹਣਾ ਸਮਝ ਆਈਏ ਤਾਂ ਬੋਲੋ ਸੁਭਾਨ ਅੱਲਾਹ ਤੂੰ ਚੰਨ ਸੋਹਣਾ ਕਿ ਮੇਰਾ ਚੰਨ ਸੋਹਣਾ ਜ਼ਰਾ ਮੰਦਰ ਸਾਹਮਣੇ ਰੱਖਣਾ ਮੈਂ ਦੋ ਸ਼ੇਰ ਪੇਸ਼ ਕਰ ਸੁਭਾਨ ਅੱਲਾਹ ਵੇ ਕੇ ਚੰਨਾ
میرے جنو ویکھ کے تھکے تو نہیں بیٹھے میری حاضری دے آخری دو شعر منقبت حضور پیر سال غریب نواز آپ کی بارگاہ میں پیش کر کے انشاءاللہ اجازت. بولو سبحان اللہ. آخری دو شعر بولنا سبحان اللہ. لجپال پیر سیال سونا کمر لجپال سونا سائیں واہ سونا کمر لجپال آخری وقت بناؤ تو بولو سبحان اللہ. ہر دم تیرے تیرے خوشیاں ہوں چار چپیرے چار چپیرے سونا سائی سبحان اللہ کیا بات ہے کیا بات ہے. محمد طیب طاہر حمیدی سیالوی لجپال لجپال پیر سیال کے منظور نظر آپ کی نگاہ سے فیض یافتہ ثنا خان مصطفیٰ خوبصورت انداز میں اپنی حاضری پیش کر رہے تھے.